ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਨਿਹੰਗਰੀ ਤੇ। ਅੱਜ ਦੀ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਹਾਂ, ਆਪਾਂ ਇਟਲੀ ਬਾਰੇ ਹੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣੀ ਆ, ਕਿਉਂਕਿ ਅੱਗੇ ਇਟਲੀ ਦੇ ਪੇਪਰ ਵੀ ਖੁੱਲ੍ਹਣੇ ਆ। ਮੁੰਡੇ ਆ ਵੀ ਰਹੇ ਆ, ਬਹੁਤ ਪਹਿਲਾਂ ਵੀ ਵੀਡੀਓ ਬਣਾਈ ਸੀ ਵੀ ਕਿਵੇਂ ਆਉਂਦੇ ਨੇ, ਤੇ ਅੱਜ ਆਪਾਂ ਥੋੜ੍ਹਾ ਜਿਹਾ ਸੁਚੇਤ ਕਰਨਾ ਮੁੰਡਿਆਂ ਨੂੰ ਆਉਣ ਤੋਂ ਪਹਿਲਾਂ। ਹਾਂ ਵੀ ਜਿਹੜੇ ਆਉਂਦੇ ਨੇ ਮੁੰਡੇ ਵੀ ਜਾਂ ਆ ਜਾਂਦੇ ਆ, ਵੀ ਉਦੋਂ ਬਾਅਦ ਆ ਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਕਿਵੇਂ ਧੋਖੇ ਹੋ ਰਹੇ ਨੇ ਮੁੰਡਾ ਨਾ, ਉਹਦੀ ਗੱਲਾਂ ਦਾ ਧਿਆਨ ਰੱਖਿਓ ਤਾਂ ਜੋ ਕਿਸੇ ਦੇ ਕੰਮ ਆ ਸਕਣ। ਉੱਧਰੋਂ ਜਦੋਂ ਆ ਬੰਦਾ ਤੁਰਨਾ ਹੁੰਦਾ ਹਜੇ, ਉਦੋਂ ਤਾਂ ਸੋ ਹੱਲ ਹੋ ਜਾਂਦਾ, ਅਗਲਾ ਹੋਰ ਰਿਸ਼ਤੇਦਾਰ ਨੂੰ ਕਹਿ ਜਾਂਦਾ ਵਾ, ਪਰ ਜਦੋਂ ਇੱਧਰ ਆ ਜਾਂਦੇ ਆ ਫਿਰ ਤਾਂ ਬੰਦਾ ਇੱਥੇ ਜੋਗਾ ਹੀ ਰਹਿ ਜਾਂਦਾ ਨਾ। ਉਹਦੇ ਕਰਕੇ ਫਿਰ ਅਸੀਂ ਸੋਚਿਆ ਵੀ ਮੁੰਡਿਆਂ ਤੋਂ ਗੱਲਾਂ ਪਤਾ ਕਰੀਆਂ ਵੀ ਕੀ ਹੁੰਦਾ ਇੱਥੇ, ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਵੀਡੀਓ ਲਾਈਕ ਕਰ ਦਿਓ ਅਤੇ ਚੈਨਲ ਸਬਸਕ੍ਰਾਈਬ ਕਰ ਲਿਓ। ਅਤੇ ਚਲੋ ਸ਼ੁਰੂ ਕਰਦੇ ਹਾਂ ਵੀਡੀਓ। ਤੇ ਜਿਵੇਂ ਵੀਰੇ ਕੋਈ ਵੀ ਬੰਦਾ ਆਉਂਦਾ ਆਪਦਾ 15-16 ਲੱਖ 12 ਲੱਖ ਲਾ ਕੇ ਜਿੰਨਾ ਵੀ ਹੈ ਨਾ, ਜਿਹੜਾ ਵੀ ਇਟਲੀ ਤੇ ਆਉਂਦਾ, ਪਹਿਲਾਂ ਤਾਂ ਵੀਰੇ ਅਗਲੇ ਜਿੱਥੇ ਤੁਸੀਂ ਜਿਹੜੇ ਫਾਰਮ 'ਚ ਜਾਂ ਫੈਕਟਰੀ 'ਚ ਆਉਣਾ ਨਾ, ਘਰ 'ਚ ਆਉਣਾ, ਉਹਦਾ ਇਕੱਲਾ ਇਕੱਲਾ ਐਡਰੈਸ ਪਤਾ ਕਰੋ, ਕਿੰਨੇ ਨੰਬਰ ਗਲੀ 'ਚ, ਕਿਹੜੇ ਸ਼ਹਿਰ 'ਚ, ਅਤੇ ਉੱਥੇ ਕਿੰਨੇ ਬੰਦੇ ਕੰਮ ਕਰਦੇ ਅਤੇ ਕਿੰਨੀ ਆਮਦਨ ਆ, ਹੈ ਨਾ। ਜੇ ਪਹਿਲੀ ਗੱਲ ਵੀਰੇ, ਇੱਕ ਤੁਸੀਂ ਇਹ ਗੱਲ ਜ਼ਰੂਰ ਕਰੋ ਮਾਲਕ ਨਾਲ, ਜਿਹਦੇ ਕੋਲ ਵੀ ਆਉਣਾ ਹੈ ਨਾ, ਜਾਂ ਇੰਨੇ ਪੈਸੇ ਲਾ ਕੇ ਆਉਣਾ, ਵੀ ਸਾਡੀ ਕਿੱਟ ਜ਼ਰੂਰ ਜਮ੍ਹਾਂ ਕਰਾਓ। ਜੇ ਪਹਿਲੀ ਕਿੱਟ ਤੁਹਾਡੀ ਨਹੀਂ ਜਮ੍ਹਾਂ ਹੁੰਦੀ ਨਾ ਵੀਰੇ, ਸਾਰੇ ਪੈਸੇ ਖੇ ਖਰਾਬ ਨੇ, ਫਿਰ ਦੋ ਨੰਬਰ ਹੀ ਹੋ ਜਾਏ। ਦੋ ਨੰਬਰ ਚਾਉਣਾ ਫਿਰ 3 ਲੱਖ ਲਾ ਕੇ ਇੱਧਰ ਦੀ ਕਿਸੇ ਹੋਰ ਕੰਟਰੀ ਦੇ ਵਿੱਚ ਘੁੰਮ ਕੇ ਇੱਥੇ ਆ ਜਾਓ। ਇਹ ਬਾਈ ਦੇ ਕਹਿਣ ਦਾ ਗੱਲ ਦਾ ਮਤਲਬ ਇਹ ਆ ਵੀ ਤੁਸੀਂ ਕਿਸੇ ਵੀ ਪੇਪਰਾਂ ਤੇ ਆਉਂਦੇ ਹੋ, 4 ਤੇ 9 ਤੇ 6 ਤੇ ਕਿਹੜੇ ਵੀ ਪੇਪਰਾਂ ਤੇ ਆਉਂਦੇ ਹੋ, ਪੂਰੀ ਡਿਟੇਲ ਲੈ ਕੇ ਆਓ ਅਗਲੇ ਤੋਂ ਕੰਪਨੀ ਬਾਰੇ, ਚਾਹੇ ਫਾਰਮ 'ਚ ਆਉਂਦੇ ਹੋ ਜਾਂ ਹੋਰ ਕਾਸੇ 'ਚ ਆਉਂਦੇ ਹੋ, ਵੀ ਭਾਈ ਕਿੰਨੀ ਉੱਥੇ ਆਮਦਨ ਆ, ਕਿੰਨਾ ਸਾਨੂੰ ਕੰਮ ਦੇਗਾ, ਸਾਡੇ ਆਉਂਦੇ ਸਾਰ ਕਿੱਟ ਜਮ੍ਹਾਂ ਹੋਊ ਕਿ ਨਹੀਂ, ਇਹ ਗੱਲ ਪੱਕੀ ਕਰਕੇ ਆਓ। ਵੀ ਨਹੀਂ ਪਤਾ ਵੀਰੇ, ਆਪਣੇ ਲੋਕ ਕੀ ਕਹਿੰਦੇ ਨੇ, ਬਾਈ ਬਕੇਰਾ ਪਹੁੰਚ ਜੀਏ ਫੇਰ ਦੇਖੀਓ, ਫੇਰ ਪਤਾ ਵੀਰੇ ਕੀ ਹੁੰਦਾ, ਆਪਾਂ ਨੂੰ ਐ ਹੁੰਦਾ ਉਧਰੋਂ ਜਦੋਂ ਮੰਨ ਲਾ ਹੁਣ ਆਪਾਂ ਵੀ ਆਉਣਾ ਸੀ, ਆਪਾਂ ਨੂੰ ਐ ਬਕੇਰਾ ਚਲੇ ਜਾਈਏ ਉੱਥੇ ਜਾ ਕੇ ਸੌ ਗੱਲ। ਜਦੋਂ ਬੰਦਾ ਆਉਂਦਾ ਨਾ, ਬੰਦਾ ਇਹ ਕਹਿੰਦਾ ਚੱਲ ਆਉਣੇ ਫੇਰ ਦੇਖੀ ਜਾਓ, ਜਦੋਂ ਆਉਨੇ ਆਪਾਂ ਮਾਲਕ ਵੀਰੇ ਆਪਣੀ ਕਿੱਟ ਜਮ੍ਹਾਂ ਨਹੀਂ ਕਰਾਉਂਦਾ ਨਾ, ਆਪਣਾ 6 ਮਹੀਨੇ ਹੈ ਨਾ, 12 ਮਹੀਨੇ ਨੂੰ ਵੀਜ਼ਾ ਐਕਸਪਾਇਰ ਹੋ ਗਿਆ ਹੈ ਨਾ, ਆਪਾਂ 2 ਨੰਬਰ ਹੀ ਹੋ ਗਏ, ਤੇ ਵੀਰੇ ਜਦ ਤੱਕ ਆਪਣੀ ਕਿੱਟ ਨਹੀਂ ਜਮ੍ਹਾਂ ਹੁੰਦੀ ਤੇ ਆਪਾਂ ਨੂੰ ਦੂਜਾ ਮਾਲਕ ਕੋਈ ਕੰਮ ਤੇ ਵੀ ਨਹੀਂ ਰੱਖ ਸਕਦਾ ਲੀਗਲ। ਜੇ ਆਪਣੇ ਕੋਲ ਕਿੱਟ ਜਮ੍ਹਾਂ ਫੇਰ ਆਪਾਂ ਨੂੰ ਦੂਜਾ ਮਾਲਕ ਵੀ ਰੱਖ ਲੈਂਦਾ, ਜੇ ਹੁਣ ਆਪਾਂ ਇੰਨੇ ਪੈਸੇ ਲਾ ਕੇ ਆ ਗਏ ਹਾਂ ਨਾ, ਕਿੱਟ ਜਮ੍ਹਾਂ ਨਹੀਂ ਹੋਈ, ਤੁਹਾਨੂੰ ਮਾਲਕ ਨੇ, ਪੰਜਾਬੀ ਬੰਦੇ ਪਤਾ ਵੀ ਕੀ ਕਰਦੇ, ਜਿਹੜੇ ਮਾਲਕ ਨੇ ਵੀਰੇ ਆਪਣੇ, ਉਹ ਆਪਦੇ ਕੋਲ ਬੰਦਾ ਰੱਖ ਲੈਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕੋਈ ਨਾ ਤੁਹਾਨੂੰ ਪੱਕੇ ਕਰਾਵਾਂਗੇ, ਇਹ ਹਨੇ ਹਲੇ ਹਾਂ ਕੰਮ ਕਰੀ ਚੱਲੋ, ਅਪੋਇੰਟਮੈਂਟ ਨਹੀਂ ਮਿਲਦੀ, ਐਂ ਨਹੀਂ ਮਿਲਦੀ, ਬਾਹ ਨਹੀਂ ਮਿਲਦੀ, ਕਿੱਥੇ ਵੀਰੇ ਬੰਦੇ 14 ਯੂਰੋ ਦਾ ਕੰਮ ਕਰਨਾ ਨਾ ਘੰਟੇ, ਕਿੱਥੇ ਬੰਦਾ 5 ਯੂਰੋ ਘੰਟੇ ਦਾ ਕੰਮ ਕਰਦਾ, ਵੀ ਫਿਰ ਉਹਨਾਂ ਨੇ ਕੰਮ ਵੀ ਪੈਸੇ ਵੀ ਆਪਦੇ ਹਿਸਾਬ ਨਾਲ ਦੇਣੇ ਆ, ਇਹ ਵੀਰੇ ਕੰਮ ਵੀ 12 ਘੰਟੇ ਕਰਨਾ, ਇਹ ਹਨਾ ਉਹ ਜੋ ਰੋਟੀ ਪਾਣੀ ਰਹਿਣ ਸਹਿਣ ਦਾ ਖਰਚ ਉਹਨੇ ਲਹਿਦਾ ਕੱਟਣਾ, ਉਹੀ ਯੂਰੋ ਪੈਸਿਆਂ ਚੋਂ, ਫਿਰ ਕਹਿੰਦੇ ਤੁਹਾਨੂੰ ਇਕੱਠੀ ਤਨਖਾਹ ਦੇਵਾਂਗੇ ਸਾਲ ਬਾਅਦ, ਹਨਾ। ਤੇ ਬੰਦੇ ਦੀ ਵੀਰੇ ਉਹੀ ਗੁਲਾਮੀ ਵਾਲੀ ਹਾਲਤ ਹੋ ਜਾਂਦੀ ਨਾ, ਬੰਦਾ ਨਾ ਗੁਲਾਮ ਬਣ ਕੇ ਰਹਿ ਜਾਂਦਾ, ਕੰਮ ਕਰੀ ਚੱਲੋ ਬਸ ਸਾਰੀ ਦਿਹਾੜੀ ਹੈ ਨਾ, ਤੇ ਆ ਕੇ ਬਸ ਰੋਟੀ ਪਾਣੀ ਬਣਾ ਕੇ ਪੈ ਜਾਓ, ਤੇ ਇੱਕ ਕਮਰੇ 10-10 ਬੰਦੇ ਰੱਖਦੇ ਨੇ, ਫੇਰ ਬਾਈ ਇਹ ਬਾਈ ਬਹੁਤ ਧੱਕਾ ਹੁੰਦਾ ਵਾ ਉੱਥੇ ਬੈਠਿਆਂ ਨੂੰ, ਇੰਡੀਆ ਬੈਠਿਆਂ ਨੂੰ ਆਪਾਂ ਨੂੰ ਦੁਨੀਆ ਹੋਰ ਲੱਗਦੀ ਆ, ਜਦੋਂ ਇੱਧਰ ਆ ਕੇ ਵਿਚਰਦੇ ਆ ਉਦੋਂ ਪਤਾ ਲੱਗਦਾ ਵੀ ਅਸਲ ਕੀ ਹਾਲਾਤ ਨੇ। ਇਹ ਵੀਰੇ ਇੱਕ ਚੱਕਰ ਇਹ ਵੀ ਦੇ ਹਨਾ, ਬੰਦੇ ਜਦੋਂ ਇੱਕਣ ਇਕੱਠੇ ਰਹਿੰਦੇ ਨੇ, ਠੀਕ ਆ, ਉਹਨਾਂ ਨੂੰ ਆਪਦਾ ਰੋਟੀ ਪਾਣੀ ਬਾਥਰੂਮ ਬੂਥਰੂਮ ਸਾਰਾ ਕੁਝ ਇੱਕ ਹੀ ਹੁੰਦਾ, ਤੇ ਨਾ ਬੰਦਾ ਨਾ ਪਿੰਡ, ਜਦੋਂ ਬੰਦਾ ਜਿਹੜਾ ਬੰਦਾ ਵੀਰੇ 12-13 ਲੱਖ ਰੁਪਇਆ ਲਾ ਕੇ ਆਇਆ ਹੋਊਗਾ ਜਿੰਨਾ ਵੀ, ਜਾਂ ਬੰਦੇ ਨੂੰ ਕੋਈ ਪਿੰਡ ਪੈਸੇ ਨਹੀਂ ਭੇਜਣਾ, ਫੇਰ ਵੀਰੇ ਫਾਇਦਾ ਕੀ ਆ ਇਹਦਾ, ਹਨਾ, ਫੇਰ ਤਾਂ ਗੁਲਾਮ ਬਣ ਕੇ ਰਹਿੰਦਾ ਉਹਦੇ ਨਾਲ। ਜਦ ਤੱਕ ਵੀਰੇ ਆਪਣੇ ਹਨਾ ਵੀਜ਼ਾ ਜਿਵੇਂ 6 ਮਹੀਨੇ ਦਾ, ਜਦ ਤੱਕ ਆਪਾਂ ਇਹ ਵੀ ਨਹੀਂ ਹੈਗਾ ਵੀ ਹਨਾ ਉਹ ਲੈ ਲਾਂਗੇ ਅਸਾਈਲਮ ਅਪਲਾਈ ਕਰ ਦਾਂਗੇ, ਇਟਲੀ ਜਿਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਹੋਰ, ਅਜੀਲ, ਹਾਂ ਅਜੀਲ ਅਪਲਾਈ ਕਰ ਦਾਂਗੇ, ਉਹੀ ਆ ਫਿਰ ਜਦ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ ਫਿਰ ਤੁਹਾਨੂੰ ਅਜੀਲ ਲੈਣੀ ਪੈਣੀ ਆ, ਅਜੀਲ ਫਿਰ ਤੁਹਾਨੂੰ ਐ ਨਹੀਂ ਪਤਾ ਸਾਲ ਬਾਅਦ ਮਿਲੇ 5 ਸਾਲ ਬਾਅਦ ਮਿਲੇ, ਉਹਨਾਂ ਚਿਰ ਤੁਸੀਂ ਘਰੇ ਨਹੀਂ ਜਾ ਸਕਦੇ, ਕੋਈ ਦੁੱਖ ਸੁੱਖ ਆ ਗਿਆ ਬੰਦੇ ਦੇ, ਚਲੋ ਕੁਵਾਰਾ ਬੰਦਾ ਤਾਂ ਸਾਰ ਲੈਂਦਾ, ਹੁਣ ਜਿਹੜਾ ਬੱਚਿਆਂ ਵਾਲਾ ਵਾ
ਉਹਨੂੰ ਦੇਖੋ ਕਿੰਨਾ ਔਖਾ ਹੁੰਦਾ ਪਿੱਛੇ ਹਨਾ। ਕੁੜੀਆਂ ਵੀ ਇਹੀ ਚੱਕਰ ਚ ਬਹੁਤ ਫਸਦੀਆਂ ਨੇ ਆ ਕੇ, ਕੁੜੀਆਂ ਵੀ ਹਾਂ ਧਿਆਨ ਨਾਲ ਰੱਖੋ, ਜਿਹੜਾ ਰਿਸ਼ਤੇਦਾਰ ਹੈਗਾ ਜਾਂ ਕੋਈ ਭਾਈ ਭੈਣ ਹੈਗਾ ਉਹ ਤਾਂ ਵੀਰੇ ਸਾਂਭ ਲੈਂਦਾ, ਉਹਦਾ ਕੋਈ ਚੱਕਰ ਨਹੀਂ ਹੈਗਾ, ਉਹਦਾ ਸਟੋਰੀਆਂ ਵੀਡੀਓ ਪਾਉਣ ਯੋਗ ਹੈ। ਜਿਹੜਾ ਵੀਰੇ ਨਹੀਂ ਹੈਗਾ ਕੋਈ ਬਾਹਲੀ ਬਾਸ ਤਾਂ ਬਾਈ ਕੰਮ ਹੀ ਨਹੀਂ ਮਿਲਦਾ ਉੱਥੇ ਇਟਲੀ ਚ, ਜਿਹੜਾ ਕੇਰਾ ਮਾਲਕ ਨੇ ਤੁਹਾਨੂੰ ਕੱਢਤਾ ਨਾ ਮੁੜ ਕੇ ਕੰਮ ਨਹੀਂ ਮਿਲਣਾ, ਕੱਚੇ ਬੰਦਿਆਂ ਨੂੰ ਬਹੁਤ ਔਖਾ ਮਿਲਦਾ ਵਾ। ਅੱਗੇ ਫਿਰ ਸਿਆਲ ਆ ਜਾਂਦੇ ਨੇ, ਸਿਆਲਾਂ ਚੋਂ ਨਹੀਂ ਕੰਮ ਮਿਲਦਾ, ਫਿਰ ਬੰਦਾ ਕਹਿੰਦਾ ਯਾਰ ਹੋਰ ਕਿਤੇ ਚੱਲੇ ਜਾਂਦੇ ਅੱਗੇ ਜਰਮਨੀ। ਡਰ ਹੁੰਦਾ ਵੀ ਯਾਰ ਮੇਰੇ ਤੇ ਐ ਨਾ ਕਰ ਦੇਵੇ, ਜਿਹੜਾ ਆਪਦਾ ਬੰਦਾ ਹੁੰਦਾ ਉਹ ਸਮਾਂ ਕੇ ਜ਼ਿਆਦਾ ਠੱਗੀ ਮਾਰਦਾ। ਵੀਰੇ ਯੂਰਪ ਦੇ ਵਿੱਚ ਕੋਈ ਭਾਈ ਭੈਣ ਹੈਗਾ ਨਾ ਉਹਦਾ ਸਾਂਭ ਲੈਂਦਾ, ਉਹਦਾ ਕੋਈ ਚੱਕਰ ਨੀ, ਉਹਦਾ ਹਨਾ ਕਹਿੰਦੇ ਦੋ ਨੰਬਰੀ ਸਟੋਰੀਆਂ ਪਾ ਸਕਦੇ, ਜਿਹਦਾ ਕੋਈ ਨਹੀਂ ਹੈਗਾ ਉਹਦਾ ਔਖਾ। ਤੇ ਵੀਰੇ ਜਿਹੜੇ ਬੰਦੇ ਨਾਲ ਆਪਣੇ ਨਾਲ ਹੋਈ ਹੋਊ ਨਾ ਵੀਡੀਓ ਦੇਖਣਗੇ ਉਹ ਕਮੈਂਟ ਕਰਕੇ ਦੱਸ ਵੀ ਦੇਣ ਵੀ ਉਹਨਾਂ ਦਾ ਕਿੰਨਾ ਕੁ ਧੱਕਾ ਹੋਇਆ। ਬਹੁਤ ਬੰਦਿਆਂ ਨਾਲ ਹੁੰਦਾ ਬਾਈ, ਹੁਣ ਜਿਹੜੇ ਇੱਧਰ ਪੱਕੇ ਨੇ ਯਾਰ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੁੰਦਾ, ਆਪਣੇ ਪੰਜਾਬੀ ਜਿਹੜੇ ਪੱਕੇ ਨੇ ਉਹਨਾਂ ਨੇ ਕਹਿਣਾ ਵੀ ਅਸੀਂ ਕਿਹੜਾ ਇੰਡੀਆ ਜਾਣਾ ਕਰ ਲਓ ਕੰਪਲੇਂਟ ਕਰਕੇ। ਸਰਕਾਰੀ ਬੰਦੇ ਨੇ ਨਾ 2 ਨੰਬਰੀਆਂ ਨੂੰ ਨਾ 8-0, 9-0 ਤੇ ਵੀ ਕੰਮ ਦੇ ਦਿੰਦੇ ਨੇ। ਤੇ ਜਿਹੜੇ ਨਾ ਮਤਲਬ ਕੱਚੇ ਆਪਣੇ ਪੰਜਾਬੀ ਬੰਦੇ ਨੇ ਵੀਰੇ ਇਹਦਾ ਇੰਨਾ ਲਹੂ ਪੀਂਦੇ ਜਿੰਨਾ ਕਹਦੇ, ਜਿਹੜੇ ਪੱਕੇ ਬੰਦੇ ਨੇ ਉਦੋਂ ਦੁੱਗਣਾ ਲਹੂ ਪੀਂਦੇ ਨੇ ਕੱਚੇ ਬੰਦੇ। ਇਹ ਬਾਈ ਤਾਂ ਹੀ ਸਰਕਾਰ ਨੇ ਕਮੇਟੀ ਜੀ ਵੀ ਬਣਾਈ ਸੀ ਵੀ ਜਿੱਥਾ ਸਾਰੇ ਕਿਤੇ ਪਤਾ ਕਰਿਆ ਸੀ ਉਹਨਾਂ ਨੇ ਸ਼ਹਿਰਾਂ ਵਿੱਚ ਵੀ ਤੁਹਾਨੂੰ ਇਹਨਾਂ ਕਿਵੇਂ ਧੱਕਾ ਹੁੰਦਾ, ਕਿਵੇਂ ਤੁਹਾਨੂੰ ਗੁਲਾਮ ਬਣਾ ਕੇ ਰੱਖਦੇ ਨੇ ਹਨਾ। ਉਹ ਜਦੋਂ ਮੁੰਡਾ ਮਰਿਆ ਸੀ ਤਾਂ ਹੀ ਉਹਨਾਂ ਨੇ ਉਹ ਜਾਂਚ ਕਰੀ ਸੀ, ਤੇ ਉਹਦੇ ਕਰਕੇ ਹੁਣ ਇਹਨਾਂ ਨੇ ਸਖਤਾਈ ਵੀ ਕੀਤੀ ਹੋਈ ਆ ਥੋੜੀ ਜੀ ਵੀ ਹੁਣ ਤਾਂ ਹੀ ਕੱਚੇ ਬੰਦਿਆਂ ਨੂੰ ਕੰਮ ਤੇ ਨਹੀਂ ਰੱਖਦੇ ਛੇਤੀ। ਤੇ ਵੀਰੇ ਮਹ ਜੇ ਹਨਾ ਬੰਦੇ ਉਦੋਂ ਭੱਜਣ ਦਾ ਇਹ ਚੱਕਰ ਹੁੰਦਾ, ਬੰਦੇ ਮਾਲਕ ਕੋਲੋਂ ਭੱਜ ਵੀ ਨਹੀਂ ਸਕਦੇ, ਕਿਉਂਕਿ ਮਾਲਕ ਕਹਿੰਦਾ ਮੇਰਾ ਸਮਾਨ ਚੱਕ ਕੇ ਭੱਜ ਕੇ ਚੋਰੀ ਦਾ ਇਲਜ਼ਾਮ ਲਾਉਣ ਦਾ, ਜਾਂ ਹਨਾ ਬੰਦਾ ਊਂ 2 ਨੰਬਰੀ ਹੋ ਜਾਂਦਾ ਫਿਰ, ਇਹ ਵੀ ਚੱਕਰ ਬਹੁਤ ਪੈਂਦਾ। ਜਿਹੜੀ ਵੀਰੇ ਗੁਲਾਮੀ ਆ ਨਾ ਉਹ ਤਾਂ ਗੁਲਾਮੀ ਬਹੁਤ ਜ਼ਿਆਦਾ ਕਰਾਈ ਜਾਂਦੀ ਆ, ਵੀਰੇ ਰਹਿਣਾ ਬਹੁਤ ਔਖਾ ਵਾ ਇੱਥੇ ਆ ਕੇ। ਜਦੋਂ ਪਤਾ ਲੱਗਦਾ ਵੀ ਸਾਰੇ ਉੱਪਰੇ ਬੰਦੇ ਹੁੰਦੇ ਆ, ਬੱਚਾ ਆਪਾਂ ਇਕੱਲਾ ਹੁੰਦਾ ਵਾ ਉਦੋਂ ਪਤਾ ਲੱਗਦਾ, ਹਜੇ ਤਾਂ ਨਾਲ ਜੇ ਤੁਸੀਂ 2-3 ਜਾਣੇ ਆਏ ਹੋ ਫਿਰ ਤਾਂ ਸਾਥ ਇਹ ਬਣ ਜਾਂਦਾ, ਇਕੱਲੇ ਨੂੰ ਤਾਂ ਬਹੁਤ ਔਖਾ ਹੁੰਦਾ। ਆਪਣੇ ਪੰਜਾਬੀ ਬੰਦੇ ਸਾਰੇ ਤੋਂ ਵੱਧ ਗੁਲਾਮੀ ਕਰਾਉਂਦੇ ਨੇ ਹਨਾ, ਆਪਦੇ ਤੇ ਵੀਰੇ ਜੋ ਮਰਜ਼ੀ ਆ ਨਾ ਬੰਦਾ ਦੇਖ ਕੇ ਉਹ, ਜੇ ਤੁਹਾਡਾ ਕੋਈ ਆਪਦਾ ਹੈਗਾ ਕੋਈ ਸਕਾ ਹਾਂ ਜੀ ਦਾ ਯਕੀਨ ਹੈ ਵੀ ਸਾਂਭ ਲੂ, ਫੇਰ ਵੀਰੇ ਆਉਣ ਦਾ ਫਾਇਦਾ 2-3 ਜਾਣਿਆਂ ਨਾਲ ਪਹਿਲਾਂ ਗੱਲ ਕਰਕੇ ਆਓ ਪੱਕੀ ਵੀ ਆਪਦੀ। ਵੀਰੇ ਸਭ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਨਾ ਇੱਕ ਭਾਸ਼ਾ ਜ਼ਰੂਰ ਸਿੱਖੇਗਾ ਜਿੱਥੇ ਤੁਸੀਂ ਆਉਣਾ, ਜਾਂ ਵੀਰੇ ਜੇ ਸਕੇਲਾ ਤੁਹਾਡੇ ਕੋਲ ਕੋਈ ਵਧੀਆ ਪੜ੍ਹੇ ਲਿਖੇ ਹੈਗੇ ਹੋ, ਚਾਹੇ ਹੋਟਲ ਮੈਨੇਜਮੈਂਟ ਦਾ ਮਾੜਾ ਮੋਟਾ ਕੋਈ ਕੁਕਿੰਗ ਦੇ ਆਉਂਦਾ, ਚਾਹੇ ਨਾਈ ਬੁਣੇ ਦਾ ਕੰਮ ਕੋਈ ਵੀ ਆਉਂਦਾ ਤੁਹਾਨੂੰ, ਜਿਹਦੇ ਪੂਰੇ ਐਕਸਪਰਟ ਹੋ ਸਿੱਖ ਕੇ ਸਕੇਲ ਜਾਂ ਬਿਲਡਿੰਗ ਆਪਦਾ ਸਿੱਖ ਕੇ ਉਹ ਵੀਰੇ ਫਿਰ ਬਥੇਰੇ ਕੰਮ ਨੇ, ਕਿਉਂ ਉੱਥੇ ਤਾਂ ਬੰਦਾ 2 ਮਹੀਨਿਆਂ 'ਚ ਸਿੱਖ ਲੈਂਦਾ ਇੰਡੀਆ, ਇੱਥੇ ਸਿੱਖਣਾ ਬਹੁਤ ਔਖਾ। ਉੱਥੇ ਆਪਾਂ ਨੂੰ ਐਂ ਹੁੰਦਾ ਕੇਰਾਂ ਚੜ੍ਹ ਜਾਈਏ ਬਸ ਉੱਥੇ ਸਾਰਾ ਕੁਝ ਸਿੱਖ ਲਾਂਗੇ, ਅਸਲ ਹਾਲਾਤ ਇੱਧਰ ਆ ਕੇ ਪਤਾ ਲੱਗਦੇ ਨੇ ਬਾਈ। ਤਾਂ ਹੀ ਕਹਿੰਦੇ ਹੁੰਦੇ ਆ ਵੀ ਆਪਦਾ ਦੇਖ ਕੇ ਐਨ ਪੂਰੀ ਜਾਂਚ ਕਰਕੇ ਫੇਰ ਆਓ, ਖਾਮੀ ਚ ਕੇ ਨਾ ਆਓ। ਯੂਰਪ ਦੇ ਵਿੱਚ ਵੀਰੇ ਆਉਣਾ ਸੌਖਾ ਹੈ, ਜਾਣਾ ਬਹੁਤ ਔਖਾ, ਜਾਣਾ ਬਹੁਤ ਔਖਾ ਬਾਈ। ਫਿਰ ਤੇ ਜਦੋਂ ਇਹ ਗੱਲ ਵੀ ਆ, ਜਿਹੜੇ ਬੰਦੇ ਨੇ ਵੀਰੇ ਪਹਿਲਾਂ ਸਟਰਗਲ ਕੀਤੇ ਜਾਂ 2 ਨੰਬਰ 'ਚ ਆਏ ਨੇ ਨਾ, ਥੋੜ੍ਹੀ ਜਦੋਂ ਪਿਛਲੇ ਟਾਈਮ 'ਚ ਗੱਲ ਹੋਰ ਤੀ, ਹੁਣ ਔਖਾ ਹੁਣ ਜਾਣੇ ਕਾਮਯਾਬ ਹੋ ਜਾਂਦੇ ਨੇ ਬੰਦੇ, ਪਰ ਜਾਣੀ ਕਿ ਨਾ ਵੀਰੇ ਜਿਹਨੇ ਇੰਨੇ ਪੈਸੇ ਖਰਾਬ ਕਰਕੇ ਆਉਣਾ ਉਹਨੂੰ ਫਿਰ ਕੋਈ ਫਾਇਦਾ ਨਹੀਂ, ਜਾਣੀ ਦੁੱਖ ਝੱਲਣੇ ਬਹੁਤ ਪੈਂਦੇ ਆ ਇੱਥੇ ਆ ਕੇ ਕੱਚੇ ਬੰਦਿਆਂ ਨੂੰ। ਤੇ ਉਹੀ ਆ ਵੀ ਆਪਦੀ ਪੱਕੀ ਗੱਲ ਕਰਕੇ ਉਹ ਭਾਈ ਕਿੱਟ ਜਮ੍ਹਾਂ ਹੋਊ ਸਾਡੀ, ਜੇ ਕਿੱਟ ਜਮ੍ਹਾਂ ਹੋਊ ਫੇਰ ਹੀ ਤੁਹਾਡਾ ਅੱਗੇ ਕੁਝ ਹੋ ਸਕਦਾ ਵਾ ਪੇਪਰਾਂ ਵਗੈਰਾ ਦਾ, ਨਹੀਂ ਤਾਂ ਫਿਰ ਜਿਵੇਂ ਹੁਣ ਪੇਪਰ ਖੋਲਣਗੇ, ਮੰਨ ਲਓ ਕੱਲ ਨੂੰ ਤੁਸੀਂ ਆਏ ਹੋ ਮਹੀਨੇ ਬਾਅਦ ਪੇਪਰ ਖੁੱਲ ਗਏ, ਉਹ 'ਚ ਵੀ ਨਹੀਂ ਤੁਹਾਡੇ ਭਰ ਹੋਣੇ, ਕਿਉਂਕਿ ਉਹ ਵੀ ਡੇਟ ਹੁੰਦੀ ਆ ਵੀ ਭਾਈ 2020 ਤੱਕ ਜਿਹੜੇ ਕੱਚੇ ਬੰਦੇ ਇੱਥੇ ਰਹਿੰਦੇ ਸੀ ਪਰੂਫ ਹੈਗਾ ਉਹਨਾਂ ਦੇ ਹੀ ਪੇਪਰ ਲੌਕ ਹੋਣੇ ਆ। ਇਹ ਵੀ ਪੰਗਾ ਵਾ ਗਾਹਾਂ ਜਾ ਕੇ ਵੀ ਜਦੇ ਹੀ ਆਏ ਹੋ ਜਦੇ ਹੀ ਨਹੀਂ ਤੁਹਾਡੇ ਪੇਪਰ ਭਰ ਹੋਣੇ, ਇਹ ਵੀ ਧਿਆਨ ਰੱਖਿਓ ਗੱਲਾਂ ਦਾ। ਤੇ ਬਾਕੀ ਵੀਰੇ 2 ਨੰਬਰ ਦਾ ਜਿਹੜਾ ਬੰਦਾ ਨਾ ਉਹ ਸਾਰੇ ਲਾਹੇ ਚੱਕਦੇ ਨੇ, ਸਾਰਾ ਮਕਾਨ ਮਾਲਕ ਵੀ ਸਾਰੇ ਫ੍ਰੀ ਚ ਕੰਮ ਲੈਂਦੇ, ਪੈਸੇ ਲੱਭ ਲੈਣੇ ਕੋਈ ਚੱਕਰ ਹੀ ਨਹੀਂ ਹੈਗਾ, ਨਾ ਕੋਈ ਸ਼ਿਕਾਇਤ ਕਿਤੇ ਕਰ ਲੈਣਾ।
ਬਾਕੀ ਚਲੋ ਠੀਕ ਆ ਜੀ, ਇੰਨੀਆਂ ਗੱਲਾਂ ਸ਼ੇਅਰ ਕਰਨੀਆਂ ਜੀ ਤੁਹਾਡੇ ਨਾਲ। ਵੀਡੀਓ ਅੱਗੇ ਹੁਣ ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਲਿਓ। ਠੀਕ ਆ ਜੀ, ਧੰਨਵਾਦ ਸਾਰਿਆਂ ਦਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।